ਹੁਣ ਗੁਰੂ ਕੇ ਪਿਆਰਿਓ ਇੱਕ ਗੱਲ ਵਿਚਾਰਨ ਵਾਲੀ ਹੈ ਇੱਥੇ ਕਿ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਹੋਰ ਕੋਈ ਕੌਮ ਨਹੀਂ ਰਹਿ ਰਹੀ, ਸਿੱਖਾਂ ਦੇ ਹੀ ਸਿਰਾਂ ਦੇ ਮੁੱਲ ਕਿਉਂ ਪੈ ਰਹੇ ਨੇ? ਜਦੋਂ ਅਸੀਂ ਇਤਿਹਾਸ ਵਾਚਦੇ ਹਾਂ ਮਰਾਠੇ ਇੱਥੇ ਨੇ, ਦੂਸਰੀਆਂ ਕੌਮਾਂ ਇੱਥੇ ਨੇ, ਪਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਨੇ, ਸਿੱਖਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ, ਤੇ ਸਿੱਖਾਂ ਨੂੰ ਮਾਰਨ ਵਾਸਤੇ ਸ਼ਾਹੀ ਫਰਮਾਨ ਜਿਹੜੇ ਉਹ ਜਨਤਕ ਕੀਤੇ ਜਾ ਰਹੇ ਨੇ, ਹੋਰ ਕਿਸੇ ਦਾ ਮੁੱਲ ਨਹੀਂ ਪਿਆ, ਕਿਉਂ? ਤੇ ਸ਼ਾਹੀ ਫਰਮਾਨ ਵੀ ਕਤਲੇਆਮ ਤੇ ਹੁੰਦੇ ਹੀ ਰਿਹਾ, ਪਰ ਗੁਰੂ ਸਵਾਰਿਓ ਅਸੀਂ ਹੈਰਾਨ ਹੋ ਜਾਂਦੇ ਹਾਂ, ਸ਼ਾਹੀ ਫਰਮਾਨ ਵੀ ਲਿਖਤੀ ਤੌਰ ਤੇ ਬਾਰ ਬਾਰ ਸਰਕਾਰ ਨੂੰ ਇਹ ਕੱਢਣਾ ਪੈ ਰਿਹਾ। 8 ਵਾਰ ਲਿਖਤੀ ਤੌਰ ਤੇ ਸ਼ਾਹੀ ਫਰਮਾਨ ਜਿਹੜਾ ਏਸ਼ੀਆ ਦੀ ਸੁਪਰੀਮ ਪਾਵਰ ਤੇ ਜਿਹੜਾ ਗੱਦੀ ਤੇ ਬੈਠਦਾ ਉਹ ਸਿੱਖਾਂ ਦੀ ਕਤਲੇ ਗੈਰਤ ਦੇ ਫਰਮਾਨ ਕੱਢਦਾ, ਬਹਾਦਰ ਸ਼ਾਹ, ਬਖਸ਼ੀਅਰ, ਅਬਦੁਲ ਸਮਦ ਖਾਨ, ਜ਼ਕਰੀਆ ਖਾਨ 2 ਵਾਰ, ਯਹੀਆ ਖਾਨ ਤੇ ਮੀਰ ਮੰਨੂ 2 ਵਾਰ ਹੁਕਮਨਾਮੇ ਕੱਢਦਾ ਸਿੱਖਾਂ ਦੇ ਸਿਰਾਂ ਦੇ ਮੁੱਲ ਤੇ। ਕੀ ਵਜ੍ਹਾ ਸੀ, ਕੀ ਵਜ੍ਹਾ ਸੀ? ਸਿੱਖਾਂ ਤੋਂ ਕਾਹਦਾ ਡਰ ਸੀ ਉਹਨਾਂ ਨੂੰ, ਜਾਂ ਸਿੱਖਾਂ ਤੋਂ ਕਾਹਦੀ ਐਲਰਜੀ ਸੀ? ਗੁਰੂ ਸਵਾਰੇ, ਜਦੋਂ ਸਮਾਜ ਵਿੱਚ ਕੋਈ ਵਿਅਕਤੀ ਵਿਚਰਦੇ ਨੇ ਨਾ ਤਾਂ 2 ਤਰੀਕਿਆਂ ਦੇ ਹੁੰਦੇ ਨੇ। ਇੱਕ ਉਹ ਜਿਹੜਾ ਕਿਸੇ ਨੂੰ ਡਰਾਉਂਦਾ, ਹਾਕਮ ਬਿਰਾਦਰੀ, ਮੁਗਲ ਸਲਤਨਤ, ਤੇ ਇੱਕ ਉਹ ਜਿਹੜਾ ਉਹਨਾਂ ਤੋਂ ਡਰ ਕੇ ਰਹਿੰਦੇ ਨੇ ਆਵਾਮ। ਪਰ ਜਿਹੜੇ ਗੁਰੂ ਕੇ ਪਿਆਰੇ ਸੀ ਉਹਨਾਂ ਦੇ ਤੇ ਸਪਸ਼ਟ ਨੀਤੀ ਸੀ, ਕਿਹੜੀ? ਪੈ ਕਾਉ ਕੋ ਦੇਤ ਨਹ ਨੈ ਪੈ ਮਾਨਤ ਆਨ, ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ। ਪਰ ਇੱਥੇ ਵੀ ਗੱਲ ਸਮਾਪਤ ਨਹੀਂ ਹੁੰਦੀ, ਉਹ ਕਿਸੇ ਨੂੰ ਨਹੀਂ ਡਰਾਉਂਦੇ, ਸਰਕਾਰ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪੈਂਦਾ, ਉਹ ਕਿਸੇ ਕੋ ਨਹੀਂ ਡਰਦੇ, ਸਰਕਾਰ ਨੇ ਡਰਾ ਡਰਾ ਕੇ ਦੇਖ ਲਿਆ ਉਹ ਨਹੀਂ ਡਰੇ, ਤੇ ਸਰਕਾਰ ਨੇ ਨਵਾਬੀ ਪੇਸ਼ ਕਰਤੀ ਕਿ ਚਲੋ ਤੁਸੀਂ ਨਾ ਡਰੋ ਪਰ ਆਰਾਮ ਨਾਲ ਰਹੋ। ਪਰ ਤੀਸਰੀ ਕਿਹੜੀ ਵਜ੍ਹਾ ਸੀ ਜਿਹੜੀ ਬਾਰ ਬਾਰ ਸਿੱਖਾਂ ਦੀ ਕਤਲੋ ਗੈਰਤ ਹੁੰਦੀ ਹੈ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਨੇ? ਤੀਸਰੀ ਵਜ੍ਹਾ ਇਹ ਸੀ ਕਿ ਸਿੱਖ ਚ ਇਹਨਾਂ ਦੋਵਾਂ ਗੁਣਾਂ ਨਾਲੋਂ ਇੱਕ ਗੁਣ ਹੋਰ ਉੱਪਰ ਸੀ, ਨਾ ਸਿੱਖ ਡਰਦਾ ਸੀ, ਨਾ ਕਿਸੇ ਨੂੰ ਡਰਾਉਂਦਾ ਸੀ, ਤੇ ਨਾ ਕਿਸੇ ਨੂੰ ਡਰਾਉਣ ਦਿੰਦਾ ਸੀ। ਜਿਹੜੀ ਤੀਸਰੀ ਗੱਲ ਸੀ, ਕੱਲ ਵੀਰ ਜੀ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਬਾਰੇ ਤੁਹਾਡੇ ਨਾਲ ਸਾਂਝ ਪਾ ਕੇ ਗਏ ਨੇ। ਦੇਖੋ, ਧੀ ਕਿਸੇ ਦੀ ਹੈ, ਉਹਨਾਂ ਦਾ ਰਾਜਕਾਲ ਹੈ, ਪਰ ਵਧੀਕੀ ਨਹੀਂ ਹੋਣ ਦੇਣੀ। ਪੈ ਕਾਉ ਕੋ ਦੇਤ ਨਹਿ ਨਹਿ ਪੈ ਮਾਨਤ ਆਨ, ਨਾ ਆਪ ਮੰਨਣਾ ਨਾ ਕਿਸੇ ਨੂੰ ਮਨਾਉਣ ਦੇਣਾ, ਕਿਸੇ ਤੇ ਵਧੀਕੀ ਨਹੀਂ ਕਰਨ ਦੇਣੀ। ਇਹ ਜਿਹੜਾ ਤੀਸਰਾ ਗੁਣ ਸੀ ਨਾ, ਇਹ ਸਰਕਾਰ ਦੇ ਵਿੱਚ ਸਿੱਖਾਂ ਪ੍ਰਤੀ ਇੱਕ ਐਲਰਜੀ ਪੈਦਾ ਕਰਦਾ ਸੀ। ਇਹੀ ਵਜ੍ਹਾ ਸੀ ਕਿ ਉਹਨਾਂ ਦੇ ਮਨ ਚ ਸੀ ਕਿ ਜਿੰਨਾ ਚਿਰ ਸਿੱਖਾਂ ਦੀ ਸੁਪਰੀਮ ਪਾਵਰ ਇਸ ਪੰਜਾਬ ਵਿੱਚ ਰਹੇਗੀ, ਅਸੀਂ ਆਪਣੀਆਂ ਮਨਮਾਨੀਆਂ ਨਹੀਂ ਕਰ ਸਕਦੇ।